ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਆ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਤੰਦਰੁਸਤ ਹੋਵੋਗੇ। ਸੋ ਕਈ ਜਗ੍ਹਾ 'ਤੇ ਚੰਗੇ ਮੀਂਹ ਪੈ ਗਏ ਆ ਅਤੇ ਝੋਨੇ ਦੀ ਫਸਲ ਆ ਉਹ ਜਿਹੜਾ ਚੰਗਾ ਫੋਟ ਉਹਦੀ ਸ਼ੁਰੂ ਜਿਹੜੀ ਪਹਿਲਾਂ ਲੱਗੀ ਸੀ ਉਹਦੀ ਹੋ ਗਈ ਆ ਅਤੇ ਜਿਹੜੀ ਹੁਣ ਲਾ ਰਹੇ ਆ ਕਿਸਾਨ ਵੀਰ ਨਾਲ ਦੀ ਨਾਲ ਉਹਦੀ ਫੋਟ ਸ਼ੁਰੂ ਹੋ ਜਾਣੀ। ਕੋਈ ਕਿਸਾਨ ਵੀਰਾਂ ਨੇ 126 ਜਿਹੜੀ ਲਾਉਣੀ ਆ, ਜੇ 5 ਦਿਨਾਂ ਨੂੰ, 10 ਦਿਨਾਂ ਨੂੰ, 15 ਦਿਨਾਂ ਤੱਕ ਵੀ ਲਵਾਈ ਜਿਹੜੀ ਚੱਲਦੀ ਰਹਿਣੀ ਆ ਵਿਰਲੀ ਵਿਰਲੀ। ਤਾਂ ਮੈਂ 2 ਨੁਕਤਿਆਂ 'ਤੇ ਗੱਲ ਕਰਨੀ ਤੁਹਾਡੇ ਨਾਲ। ਇੱਕ ਤਾਂ ਜਿਹੜੀ ਤੱਤਾਂ ਵਾਲੀ ਸਪਰੇਅ ਤੁਹਾਨੂੰ ਦੱਸੀ ਸੀ, ਆਪਣਾ ਜਿਹੜਾ ਫਾਰਮੂਲਾ ਹੈਗਾ ਜਿੰਕ ਲੋਹਾ ਕਲੀ ਦਾ ਪਾਣੀ ਯੂਰੀਆ, ਉਹਦੇ ਬਾਰੇ ਕਿਸਾਨ ਵੀਰਾਂ ਦੇ 1-2 ਸਵਾਲ ਆਏ ਕਿ ਜਿਹੜਾ ਅਸੀਂ ਜਿਹੜੀ ਸਪਰੇਅ ਕੀਤੀ, ਉਹਨਾਂ ਨੇ ਜਿਹੜੇ ਫੋਟੋਆਂ ਭੇਜੀਆਂ ਉਹਦੇ ਝੋਨੇ ਦੀਆਂ, ਅਤੇ ਨਾਲ ਉਹਨਾਂ ਨੇ ਦੱਸਿਆ ਕਿ ਜਿਹੜੀ ਅਸੀਂ ਸਪਰੇਅ ਕੀਤੀ ਸਾਨੂੰ ਰਿਜ਼ਲਟ ਨਹੀਂ ਮਿਲ ਰਿਹਾ, ਇਹਨੂੰ ਅਸੀਂ ਝੋਨੇ ਨੂੰ ਕਿਵੇਂ ਚਲਾਈਏ। ਜਦੋਂ ਉਹਨਾਂ ਤੋਂ ਪੁੱਛਿਆ ਵੀ ਤੁਸੀਂ ਸਪਰੇਅ 'ਚ ਕੀ ਕੁਛ ਪਾਇਆ, ਫਿਰ ਉਹਨਾਂ ਨੇ ਦੱਸਿਆ ਕਿ ਜਿਹੜਾ ਫੈਰ ਸਲਫੇਟ ਪਾ ਲਿਆ ਜੀ 1 ਕਿਲੋ, ਅਤੇ ਕਿਸੇ ਨੇ ਜਿਹੜਾ 200 ml ਜਿੰਕ ਆਕਸਾਈਡ ਪਾ ਲਿਆ, ਕਿਸੇ ਨੇ 200 ਗ੍ਰਾਮ ਚਿਲੇਟਰ ਜਿੰਕ ਪਾ ਲਿਆ, ਅਤੇ ਕਈ ਕਿਸਾਨ ਵੀਰਾਂ ਨੇ ਜਿਹੜਾ ਫੈਰ ਸਲਫੇਟ ਸਕਿੱਪ ਕਰਤਾ, ਅਤੇ ਜਦਕਿ ਉਹਨਾਂ ਦੇ ਝੋਨੇ ਦੇ ਵਿੱਚ ਲੋਹੇ ਤੱਤ ਦੀ ਘਾਟ ਵੀ ਨਜ਼ਰ ਆ ਰਹੀ ਹੈ। ਤਾਂ ਮੇਰੀ ਬੇਨਤੀ ਆ ਕਿ ਤੱਤਾਂ ਵਾਲੀ ਸਪਰੇਅ ਦੇ ਸ਼ਾਨਦਾਰ ਨਤੀਜੇ 1 ਨੰਬਰ ਨਤੀਜੇ ਆ, ਪਰ ਜੇ ਤੁਸੀਂ ਉਹਨੂੰ ਆਪਣੇ ਵਾਲਾ ਫਾਰਮੂਲਾ ਸਹੀ ਵਰਤੋਂਗੇ ਤਾਂ, ਜੇ ਤੁਸੀਂ ਕਲੀ ਦਾ ਪਾਣੀ, ਮਤਲਬ ਕਈ ਕਿਸਾਨ ਵੀਰ ਕਹਿੰਦੇ ਕਿ ਕਲੀ ਦਾ ਪਾਣੀ ਨਹੀਂ ਵਰਤਣਾ ਜੀ, ਅਸੀਂ ਜਿੰਕ ਆਕਸਾਈਡ ਪਾ ਲੈਂਦੇ ਹਾਂ, ਚਿਲੇਟਡ ਜਿੰਕ ਪਾ ਲੈਂਦੇ, ਹੋਰ ਪ੍ਰੋਡਕਟ ਪਾ ਲੈਂਦੇ ਹਾਂ, ਕਿਉਂਕਿ 21% ਜਿੰਕ ਅਤੇ ਕਲੀ ਦਾ ਪਾਣੀ ਇਹ ਜ਼ਰੂਰੀ ਹੈ। ਸ਼ਾਨਦਾਰ ਨਤੀਜੇ ਇਸ ਚੀਜ਼ ਦੇ ਜਿੰਕ ਦੀ ਘਾਟ 'ਚ ਮਿਲਦੇ ਆ। 1 ਕਿਲੋ ਲੋਹਾ 19%, 1 ਕਿਲੋ ਜਿੰਕ 21%, 1/2 ਕਿਲੋ ਡਲੇ ਵਾਲੀ ਕਲੀ ਰਾਤ ਨੂੰ ਭਿਉਂ ਕੇ ਉਹਦਾ ਪਾਣੀ ਸਵੇਰ ਨੂੰ ਨਿਤਰਿਆ ਹੋਇਆ, 2-2.5 ਕਿਲੋ ਤੱਕ ਯੂਰੀਆ। ਜੇ ਤੁਸੀਂ ਇਹਦੇ ਵਿੱਚੋਂ ਇੱਕ ਵੀ ਚੀਜ਼ ਇੱਧਰ ਉੱਧਰ ਕਰਦੇ, ਕੋਈ ਕਿਸਾਨ ਵੀਰ ਕਹਿੰਦੇ ਜੀ ਅਸੀਂ ਮੈਗਨੀਸ਼ੀਅਮ ਪਾ ਲਈਏ, ਕੋਈ ਕਿਸਾਨ ਵੀਰ ਕਹਿੰਦੇ ਅਸੀਂ ਹੋਰ ਇਹਦੇ ਵਿੱਚ ਚੀਜ਼ ਪਾ ਲਈਏ, ਤਾਂ ਪਿਛਲੀ ਵਾਰ ਮੈਂ ਤੁਹਾਨੂੰ ਦੱਸਿਆ ਸੀ ਕਿ ਜੇ ਕਿਤੇ ਬਹੁਤ ਜ਼ਿਆਦਾ ਕਮਜ਼ੋਰ ਝੋਨਾ ਨਾ, ਉੱਥੇ ਤੁਸੀਂ 200 ml ਸਾਗਾ ਰੀਕਾ ਪਾ ਸਕਦੇ ਹੈ ਇਫਕੋ ਦੀ, ਕਿਉਂਕਿ ਉਹ ਸੀਵੀਡ ਐਕਸਟ੍ਰੈਕਟ ਹੁੰਦਾ, ਵੱਧ ਤੋਂ ਵੱਧ ਉਹ ਪਾ ਐਡ ਕਰ ਸਕਦੇ ਵਿੱਚ, ਉਹਦੇ ਨਤੀਜੇ ਵਧੀਆ ਮਿਲਦੇ ਆ, ਉਹ ਮੈਂ ਕਰਕੇ ਦੇਖੀ ਆ। ਪਰ ਵਰਨਾ ਇਦੂ ਬਿਨਾਂ ਕੋਈ ਵੀ ਚੀਜ਼ ਤੁਸੀਂ ਇੱਧਰ ਉੱਧਰ ਚੇਂਜ ਕਰੋਗੇ, ਅਸੀਂ ਜੀ ਦੂਜੀ ਜਿੰਕ ਪਾ ਲਈ, ਚਿਲੇਟਡ ਪਾ ਲਈ, ਚਿਲੇਟਡ ਲੋਹਾ ਪਾ ਲਿਆ, ਤਾਂ ਉਹਦਾ ਤੁਹਾਨੂੰ ਬਿਲਕੁਲ ਜਿਹੜਾ ਰਿਜ਼ਲਟ ਨਹੀਂ ਮਿਲਣਾ। ਦੂਸਰੀ ਗੱਲ, ਕਿਸਾਨ ਵੀਰ ਜਿਹੜੇ 5-5 ਦਿਨਾਂ 'ਤੇ, 4-4 ਦਿਨਾਂ 'ਤੇ ਯੂਰੀਆ ਦਾ 1/2 ਗੱਟਾ ਸਿੱਟੀ ਜਾਂਦੇ ਝੋਨੇ ਦੇ ਵਿੱਚ, ਕਿ ਇਹਦਾ ਰੰਗ ਕਾਲਾ ਹੋ ਜੇ, ਕੋਈ ਕਿਸਾਨ ਵੀਰ 4-4 ਗੱਟਿਆਂ ਤੱਕ, ਕੋਈ ਕਿਸਾਨ ਵੀਰ 5-5 ਗੱਟਿਆਂ ਤੱਕ ਪਹੁੰਚਣਗੇ ਝੋਨੇ ਦੇ ਵਿੱਚ। ਬੇਨਤੀ ਆ, ਯੂਰੀਆ ਦੇ ਨਾਲ ਤੁਸੀਂ ਪੂਰਾ ਕਾਲਾ ਸ਼ਾਹ ਰੰਗ ਕਰੋਗੇ, ਉਹਦੀ ਫੁਲਾਵਟ ਫੋਟ ਉਹਨੂੰ ਵਧਾ ਲਉਂਗੇ, ਪਰ ਜੇ ਦੂਸਰੇ ਤੱਤਾਂ ਦੀ ਘਾਟ ਰਹਿੰਦੀ, ਸੰਤੁਲਿਤ ਖੁਰਾਕ ਨਹੀਂ ਮਿਲਦੀ, ਤਾਂ ਐਂਡ 'ਤੇ ਆ ਕੇ ਝਾੜ ਨਹੀਂ ਆਪਾਂ ਨੂੰ ਮਿਲਣਾ, ਉਹ 'ਚ ਬਿਮਾਰੀ ਪਊਗੀ, ਝੋਨਾ ਬੈਠੂਗਾ, ਬਲਾਈਟ ਆ ਸਕਦੀ ਹੈ, ਕੋਈ ਹੋਰ ਕਿਸੇ ਕਿਸਮ ਦੀ ਫੋਕ ਦੀ ਸਮੱਸਿਆ ਆ ਸਕਦੀ ਆ। ਇਸ ਕਰਕੇ ਯੂਰੀਆ ਨੂੰ ਸੰਤੁਲਿਤ ਖਾਦ ਦੇ ਨਾਲ ਨਾਲ, ਜਿਹੜੀਆਂ ਯੂਰੀਆ ਦੇ ਨਾਲ ਨਾਲ ਨਾਈਟ, ਥੋੜ੍ਹੀ ਪੋਟਾਸ਼ ਹੈ, ਜੇ ਕੋਈ ਫਾਸਫੋਰਸ ਦੀ ਘਾਟ ਆ ਉਹ ਜਿੰਕ ਪ੍ਰੋਪਰ ਦਿਓ, ਜਿੱਥੇ ਕੋਈ ਹਲਕੀਆਂ ਜ਼ਮੀਨਾਂ 'ਚ ਲੋਹਾ ਤੱਤ ਦੀ ਘਾਟ ਆ ਉਹ ਪ੍ਰੋਪਰ ਦਿਓ, ਜਿੱਥੇ ਕੋਈ ਸਲਫਰ ਦੀ ਘਾਟ ਆ ਉਹ ਪ੍ਰੋਪਰ ਦਿਓ। ਇਕੱਲੇ ਯੂਰੀਆ ਨਾਲ ਤੁਸੀਂ ਉਹ ਵੀ 4-4, 5-5 ਗੱਟੇ ਬਹੁਤ ਗਲਤ ਆ। ਇੰਨਾ ਨਾਈਟ੍ਰੋਜਨ ਆਪਾਂ ਨੂੰ ਨਹੀਂ ਦੇਣਾ ਚਾਹੀਦਾ, ਬੈਲੈਂਸ 'ਚ ਦੇਣਾ ਚਾਹੀਦਾ। 30-30, 32-32 ਕਿਲੋ ਦੀ ਡੋਜ਼ ਦੇਣੀ ਚਾਹੀਦੀ, ਵੱਧ ਤੋਂ ਵੱਧ 3 ਖੁਰਾਕਾਂ ਆਪਾਂ ਦੇਣੀਆਂ। ਜਿੰਨਾ ਸ਼ਾਹ ਕਾਲਾ ਰੰਗ ਕਰ ਲਉਂਗੇ, ਉਨੀਆਂ ਬਿਮਾਰੀਆਂ, ਕੀੜੇ ਮਕੌੜੇ, ਫੋਕ ਅਤੇ ਹੋਰ ਅਲਾਮਤਾਂ ਨੂੰ ਸੱਦਾ ਝੋਨੇ ਦੇ ਵਿੱਚ ਦੇ ਲਾਂਗੇ। ਨੁਕਸਾਨ ਕਿਸਾਨ ਵੀਰੋ ਆਪਣਾ ਹੀ ਹੋਣਾ, ਕਿਉਂਕਿ ਮੈਂ ਤੁਹਾਨੂੰ ਯੂਰੀਆ ਘੱਟ ਪਵਾ ਕੇ ਮੈਨੂੰ ਕੋਈ ਫਾਇਦਾ ਨਹੀਂ ਹੋਣਾ, ਪਰ ਉਹਦੇ ਨਾਲ ਆਪਣਾ ਖਰਚਾ ਵੀ ਬਚੂਗਾ, ਆਪਣੀ ਖੇਚਲ ਵੀ ਬਚੂਗੀ, ਅਤੇ
ਵਾਧੂ ਜਿਹੜੀਆਂ ਕੀੜੇ ਮਕੌੜੇ ਬਿਮਾਰੀਆਂ ਜਾਂ ਜਿਹੜੀ ਵਾਧੂ ਨਾਈਟ੍ਰੋਜਨ ਆ ਉਹ ਥੱਲੇ ਲੀਚ ਡਾਊਨ ਕਰਨੀ ਹੈ, ਪਾਣੀ ਖਰਾਬ ਕਰਦੀ ਹੈ, ਉਹ ਚੀਜ਼ ਦੀ ਬੱਚਤ ਵੀ ਰਹੂਗੀ। ਹੋਰ ਸਵਾਲ ਹੋਵੇ ਸੁਝਾਵ ਜ਼ਰੂਰ ਦੱਸਣਾ। ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ। ਖੁਸ਼ ਰਹੋ, ਖੁਸ਼ਹਾਲ ਰਹੋ।